ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੰਮ੍ਰਿਤਪਾਲ ਤੇ ਮੇਰੇ ਨਾਲ ਆਕਾਸ਼ ਤੇ ਪ੍ਰਕਾਸ਼ ਤੇ ਅਸੀਂ ਹਾਜ਼ਰ ਹਾਂ ਡੀਜੇ ਬਲੌਗ ਵਾਲਾ ਬੋਲ ਪਿਆ ਕਰ। ਵਾਹ 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 ਵਾਹ, ਅੱਗੇ ਸਟਾਰਟ ਕਰਦੇ ਆਪਾਂ ਤੇ ਪਾਰਟ 3 ਚ ਆਪਾਂ ਤੁਹਾਨੂੰ ਦਿਖਾਉਣਾ ਜਾ ਰਹੇ ਹਾਂ ਕਿ ਹੁਣ ਆਪਣਾ ਕਾਲਜ ਕਿੱਦਾਂ ਦਾ, ਬਾਕੀ ਇੱਥੇ ਮਤਲਬ ਸ਼ਾਸਨ ਵਗੈਰਾ ਸਾਰਾ ਕੁਝ, ਤੁਹਾਨੂੰ ਪ੍ਰਸ਼ਾਸਨ ਵਗੈਰਾ ਤੁਹਾਨੂੰ ਇੱਥੇ ਕਿੱਦਾਂ ਦੀ ਤੇ ਪੜ੍ਹਾਈ ਹੁੰਦੀ ਹੈ ਸਾਰਾ ਕੁਝ ਏ ਟੂ ਜ਼ੈਡ ਇੱਥੇ ਦਿਖਾਇਆ ਜਾਵੇਗਾ। ਹਾਂ ਅੱਛਾ, ਤੁਸੀਂ ਦੇਖ ਸਕਦੇ ਹੋ ਕਿੰਨਾ ਘੱਟ ਹੋ ਚੁੱਕਿਆ ਹੈ ਪਾਣੀ ਪਾਣੀ ਪਾਣੀ, ਜਲ ਹੀ ਜੀਵਨ ਹੈ, ਉਹ ਬਾਤ ਸੱਚੀ ਹੋ ਚੁੱਕੀ ਹੈ। ਚਲੋ ਅੱਗੇ ਪੰਜ ਸ਼ੁਰੂ ਕਰਕੇ ਜਾਂਦੇ ਹਾਂ। ਆ ਜਾ ਆ ਜਾ, ਨਾ ਰਤਨ ਵਰਮਾ ਜੋ ਕਿ ਠੰਡੇ ਤੇਲ ਵਰਗੇ ਨੇ। ਹੁਣ ਆਪਾਂ ਜਾ ਰਹੇ ਹਾਂ ਹਿਸਟਰੀ ਵਿਭਾਗ, ਆਹ ਤੁਸੀਂ ਦੇਖ ਸਕਦੇ ਹੋ ਆਪਣਾ ਹਿਸਟਰੀ ਡਿਪਾਰਟਮੈਂਟ, ਬਹੁਤ ਸੋਹਣਾ ਡਿਪਾਰਟਮੈਂਟ ਹੈ, ਮੈਡਮਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ। ਬਾਕੀ ਇਹਨਾਂ ਤੋਂ ਕੀ ਲੈਣਾ ਆਪਾਂ ਲੈਕਚਰ ਤਾਂ ਬਹੁਤ ਘੱਟ ਲਾਉਣਾ ਤਾਂ ਕਰਕੇ। ਚਲੋ ਹੁਣ ਆਪਾਂ ਅੱਗੇ ਪੇਸ਼ ਕਰਨ ਜਾ ਰਹੇ ਹਾਂ, ਤੁਹਾਨੂੰ ਦੇਖ ਰਹੇ ਬੱਚੇ ਕਲਾਸਾਂ 'ਚ ਲੈਕਚਰ ਲਗਾ ਰਹੇ ਨੇ ਅਤੇ ਅਸੀਂ ਦੇਖੋ ਆਰਾਮ ਦੇ ਨਾਲ ਵਲੌਗ ਬਣਾ ਰਹੇ ਨੇ। ਆ ਸਾਡੇ ਨਾਲ ਖੁੰਡੀ ਵਾਲੇ ਦੋ ਲਾਈਨਾਂ ਬੋਲਣਗੇ, ਬੋਲੋ ਹੋਏ ਖੁੰਡੀ ਵਾਲੇ। ਆ ਤੁਹਾਨੂੰ ਐਨ ਟੂ ਰੂਮ, ਜਿਹੜੇ ਵੀ ਐਨ ਵਾਲੇ ਰੂਮ ਆ ਉਹਨਾਂ ਦੀ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਤੁਹਾਨੂੰ ਸਾਰਾ ਕੁਛ ਕਿ ਕਿੱਦਾਂ ਦੇ ਰੂਮ ਨੇ। ਬਹੁਤ ਹੀ ਸੋਹਣੇ ਰੂਮ ਨੇ ਬਾਹਰੋਂ ਅੰਦਰੋਂ, ਬਾਹਰੋਂ ਭਾਵੇਂ ਜਿਵੇਂ ਮਰਜ਼ੀ ਆ, ਉਹ ਗੱਲ ਤੁਸੀਂ ਸੋਹਣੀ ਹੋਣੀ ਉੱਚੀ ਦੁਕਾਨ ਫੀਕਾ ਪਕਵਾਨ ਭਜੋ। ਦੇਖੋ ਕਲਾਸਾਂ ਬਹੁਤ ਖੁੱਲੀਆਂ ਅਤੇ ਡੁੱਲੀਆਂ ਨੇ। ਕਮ ਹੇਅਰ ਬ੍ਰੋ, ਕਰਾਚੀ ਦੇ ਬਾਹਰ ਕੋ ਜਾਤੇ ਹੋ। ਆ ਹੁਣ ਆਪਾਂ ਐਨ ਟੂ ਜਿਹੜੇ ਵੀ ਐਨ ਵਾਲੇ ਜਿੰਨੇ ਵੀ ਰੂਮ ਸੀਗੇ, ਆਪਾਂ ਐਨ ਵਾਲੇ ਰੂਮ 'ਚ ਆਪਾਂ ਬਾਹਰ ਚੱਲੇ ਹਾਂ। ਆਪਾਂ ਇੰਨਾ ਇਹਦੇ ਡੀਪਲੀ ਨਹੀਂ ਜਾ ਸਕਦੇ ਕਿਉਂਕਿ ਬਲੌਗ ਆਪਾਂ ਬਹੁਤ ਵੱਡਾ ਵੀ ਰੱਖਣਾ। ਹੁਣ ਤੁਹਾਨੂੰ ਪੋਸਟ ਗ੍ਰੈਜੂਏਟ ਰੂਮ 'ਚ ਲੈ ਕੇ ਚੱਲਦੇ ਹਾਂ, ਜੋ ਕਿ ਹਨ ਠੰਡੇ ਕਮਰੇ, ਬਹੁਤ ਠੰਡੇ, ਇੰਨੇ ਠੰਡੇ ਕਿ ਇਹਦੇ 'ਚ ਬੰਦਾ ਜੰਮ ਜਾਂਦਾ ਹੈਗਾ। ਚਲੋ ਆ ਜਾਓ, ਠੰਡੇ ਬਹੁਤ ਆ, ਜੀਵ ਰਹਿੰਦੇ ਨੇ, ਪਾਲੇ ਹੋਏ ਜੀਵ ਨੇ। ਅਤੇ ਆ ਜਾਓ, ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪਾਂ ਨਿਊ ਰੂਮ 'ਚ। ਸੋ ਹੁਣ ਆਪਾਂ ਵੱਧਦਾ ਵਧਾਂਗੇ ਆਪਣੀ ਲਾਸਟ, ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਲਾਸਟ ਵਾਲੀ ਕਲਾਸ ਤੋਂ, ਕਿਉਂਕਿ ਫਸਟ ਵਾਲੀ ਜੋ ਕਲਾਸ ਹੁੰਦੀ ਹੈ ਫਸਟ ਵਾਲੀ ਕਲਾਸ ਹੈ ਜੀ, ਤੁਸੀਂ ਕੋਈ ਰੌਣ ਇੱਥੇ ਮਤਲਬ ਕਿ ਕੁਛ ਕਲਾਸਾਂ ਦੇ ਲੈਕਚਰ ਲੱਗ ਰਹੇ ਨੇ, ਕੁਝ ਜਵਾਕ ਜਵਾਕਾਂ ਦੇ ਪੱਲੇ ਵੀ ਕੁਛ ਪੈ ਰਿਹਾ ਕਈਆਂ ਦੇ, ਤਾਂ ਮੈਂ ਕਹਿਣਾ ਚਾਹੂੰਗਾ ਕਿ ਮਾੜਾ ਜਿਹਾ ਉੱਧਰ ਘੁਮਾ ਕੇ ਥੋੜ੍ਹਾ ਜਿਹਾ ਦਿਖਾਇਓ ਇਹਨਾਂ ਨੂੰ। ਹੁਣ ਆਪਾਂ ਸੜਕ 'ਤੇ ਚੜ੍ਹ ਗਏ ਹਾਂ, ਪਹਿਲਾਂ ਕੱਚੀ ਸੜਕ ਸੀ, ਹੁਣ ਆਪਾਂ ਪੱਕੀ ਸੜਕ 'ਤੇ ਚੜ੍ਹ ਗਏ ਹਾਂ, ਤਾਂ ਹੁਣ ਤੁਹਾਨੂੰ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ ਹੁਣ ਜੋ ਕਿ ਕੰਟੀਨ ਵੱਲ, ਜੋ ਕਿ ਕੰਟੀਨ ਵੱਲ। ਇੱਧਰ ਤਾਂ ਤੁਸੀਂ ਦੇਖ ਸਕਦੇ ਹੋ ਜੀ ਕੰਟੀਨ ਹੈ, ਕੰਟੀਨ 'ਚ ਪੇੜ ਕਿਹੜਾ ਹੈ ਤਾਂ ਦਿਖਾ ਦੇ ਇਹਨਾਂ ਨੂੰ, ਪੱਥਰ ਤਾਂ ਬਹੁਤ ਸੋਹਣੇ ਲਾਏ ਨੇ ਜੀ, ਪਰ ਭਾਰੇ ਹੀ ਬਹੁਤ ਨੇ। ਆ ਜਾਓ ਚੱਲੀਏ, ਇਮਾਨਦਾਰੀ ਦੁਕਾਨ ਹੈ, ਕੋਈ ਕਿਤਾਬ ਨਹੀਂ ਕਰਦਾ। ਆ ਤੁਹਾਨੂੰ ਦਿਖਾ ਦਿੰਦੇ ਇਮਾਨਦਾਰੀ ਦੀ ਦੁਕਾਨ, ਆ ਵੀ ਦਿਖਾਓ ਸਬੂਤ ਇਮਾਨਦਾਰੀ ਦੀ ਦੁਕਾਨ, ਇਮਾਨਦਾਰੀ ਨਾਲ ਬਹੁਤ ਇਮਾਨਦਾਰੀ ਹੈ ਜੀ ਇੱਥੇ। ਆ ਜਾਓ, ਪਰ ਕੋਈ ਬੈਠਾ ਨਹੀਂ ਗਾ। ਆਹ ਦੇਖੋ ਜੀ ਬਹੁਤ ਸੋਹਣੇ ਸੋਹਣੇ ਫੁੱਲ ਬੂਟੇ, ਇੱਧਰ ਦਿਖਾਓ ਭਾਜੀ ਕੈਮਰਾਮੈਨ ਨੂੰ। ਆ ਜਾਓ ਹੁਣ ਗੇਟ ਵੱਲ, ਅੰਦਰ ਵੱਲ ਨੂੰ ਵੱਧਦੇ ਹੋਏ ਆਪਾਂ, ਕੈਮਰਾਮੈਨ ਥੋੜ੍ਹਾ ਕਨਫਿਊਜ਼ ਨੇ ਕਿ ਮੈਂ ਕੀ ਕਰਾਂ ਕੀ ਨਾ ਕਰਾਂ। ਹੁਣ ਆਪਾਂ ਰੂਮ ਨੰਬਰ 1 ਅਤੇ ਇਹ ਹੈਗਾ 2, ਇਹ ਇੱਥੋਂ ਸਟਾਰਟ ਹੁੰਦਾ ਇੰਗਲਿਸ਼ ਡਿਪਾਰਟਮੈਂਟ ਤੋਂ। ਅੰਗਰੇਜ਼ ਚਲੇ ਗਏ, ਅੰਗਰੇਜ਼ੀ ਛੋੜ ਗਏ, ਚਲੋ ਇਹ ਬਾਤ ਤਾਂ ਸੱਚੇ ਹੈ ਸੱਤੇ ਕੁਝ। ਫੁਹਾਰੇ ਚੌਕ ਤੁਹਾਨੂੰ ਦਿਖਾਉਣਾ, ਫੁਹਾਰਾ ਚੌਕ ਇਹ ਹੈਗਾ ਆਪਣਾ ਜੀ ਆਰ ਸੀ ਕਾਲਜ ਦਾ ਫੁਹਾਰਾ ਚੌਕ, ਜਿੱਥੇ ਬਹੁਤ ਸੋਹਣਾ ਫੁਹਾਰਾ ਚੱਲਦਾ, ਠੰਡਾ ਠੰਡਾ ਪਾਣੀ ਪਾਉਣਾ, ਪਾਣੀ ਤਾਂ ਐਂ ਦੀਦਾ, ਬਸ ਗੱਲ ਐਂ ਹੈ ਕਿ ਪਾਣੀ ਜਿਹੜਾ ਇਨਵਿਜੀਬਲ ਹੈ ਇੱਥੇ, ਲੋਕਾਂ ਨੂੰ ਦੀਦਾ ਨਹੀਂ, ਨਾ ਛਿੱਟੇ ਪੈਣ ਉਹਦੇ ਨਾਲ, ਗੱਲ ਇੱਦਾਂ ਦੀ ਹੈ ਬਸ, ਗੋਡੇ ਗੋਡੇ ਪਾਣੀ, ਸਹੀ ਗੱਲ ਹੈ ਜੀ। ਆਪਾਂ ਹੁਣ ਕੁਝ ਵਿਦਿਆਰਥੀ ਬਹੁਤ ਹੀ ਮਤਲਬ ਕਿ ਸਾਫ਼ ਸਫਾਈ ਪਸੰਦ ਕਰਦੇ ਨੇ, ਤਾਂ ਕਰਕੇ ਉਹਨਾਂ ਨੇ ਦੇਖ ਸਕਦੇ ਨੇ ਦਰੀਆਂ ਲਿਆ ਚੁੱਕੇ ਨੇ ਘਰੋਂ ਉਹ, ਤਾਂ ਕਿ ਮਤਲਬ ਕਿ ਕਿਰਾਏ ਤੇ, ਮਤਲਬ ਉਹਨਾਂ ਨੇ ਪੈਸੇ, ਉਹਨਾਂ ਨੇ ਸੋਚਿਆ ਕਿ ਅੱਧੇ ਅੱਧੇ ਪੈਸੇ ਪਾ ਕੇ ਪਾਲੇ ਆਉਂਦੇ ਕਿਰਾਏ ਤੇ, ਤਾਂ ਕਰਕੇ ਉਹਨਾਂ ਨੇ ਲਿਆਂਦਾ। ਤੇ ਹੁਣ ਉਹ ਬਹੁਤ ਉਹ ਚਾਦਰ 'ਚ ਬਹੁਤ ਆਨੰਦ ਲੈ ਰਹੇ ਨੇ।
ਹੁਣ ਤੁਹਾਨੂੰ ਸਭ ਤੋਂ ਸ਼ੌਕਿੰਗ ਨਿਊਜ਼ ਦਿਖਾਵਾਂਗੇ। ਆਹ ਦੇਖੋ ਇਹਦੇ 'ਤੇ ਲਿਖਿਆ ਮੈਂ ਨਹੀਂ ਤੂੰ ਕੀ ਮੈਂ ਨਹੀਂ ਤੂੰ ਮਤਲਬ ਇਹਦਾ ਮਤਲਬ ਤਾਂ ਅਜੇ ਤੱਕ ਸਾਨੂੰ ਵੀ ਨਹੀਂ ਪਤਾ ਕਿਉਂਕਿ ਅਸੀਂ ਬਹੁਤ ਕੰਫਿਊਜ਼ ਹੋ ਚੁੱਕੇ ਹਾਂ। ਠੀਕ ਹੈ ਬਹੁਤ ਆ ਇੰਨਾ ਬਹੁਤ ਵੀਡੀਓ ਦੀ ਐਂਡ ਦੇ ਵਿੱਚ ਚਲੋ ਠੀਕ ਹੈ ਸਾਡੇ ਬਾਈ ਨੇ ਆਕਾਸ਼ ਜੀ ਨੇ ਬਹੁਤ ਕੁਛ ਦੱਸਿਆ ਤੁਹਾਨੂੰ ਸਾਰਾ ਕਾਲਜ ਵੀ ਘੁਮਾਤਾ ਅਸੀਂ ਬੌਂਦਲ ਗਏ ਵੀਰ ਜੀ ਅਸੀਂ ਮੰਨ ਲਓ ਸਾਰਾ ਕਾਲਜ ਇੱਕ ਤਾਂ ਤੁਰ ਗਿਆ ਉਹ ਬੜੀ ਹੈ ਚਾਹ ਬੜੀ ਤੇਜ਼ ਹੈ ਹੌਲੀ ਨੂੰ ਤੁਰਦੇ ਔਰ ਦੂਜੀ ਗੱਲ ਇਹ ਹੈ ਕਿ ਇਸ ਵੀਰ ਦਾ ਗਾਣਾ ਆ ਰਿਹਾ ਹੈਗਾ ਅਤੇ ਇਸ ਬਾਈ ਨੇ ਗਾਣਾ ਕੋਈ ਨਾ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਜਾਂ ਸੁਣਾਵਾਂਗੇ ਅਤੇ ਫਸਟਲੀ ਇਹ ਹੈਗਾ ਕਿ ਜਿਹੜੇ ਨਵੇਂ ਆਏ ਨੇ ਇਸ ਚੈਨਲ ਦੇ ਉੱਪਰ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਔਰ ਸ਼ੇਅਰ ਜ਼ਰੂਰ ਕਰ ਦੇਣਾ ਹੈ ਨਾ ਸ਼ੇਅਰ ਜ਼ਰੂਰ ਕਰਨਾ ਹੈਗਾ ਔਰ ਵੀਡੀਓ ਲਾਈਕ ਜੇ ਹੋ ਸਕਿਆ ਜੇ ਵਧੀਆ ਲੱਗੇ ਹੋਏ ਤਾਂ ਫਿਰ ਵੀ ਲਾਈਕ ਕਰਿਓ ਔਰ ਤੋਂ ਬਾਅਦ ਜੋ ਵੀ ਸਾਡੀ ਕਮੀ ਰਹਿ ਜਾਂਦੀ ਹੈ ਜਾਂ ਕੋਈ ਵੀ ਗੱਲਬਾਤ ਰਹਿ ਜਾਂਦੀ ਹੈ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਹੁਣ ਤੱਕ ਦੇ ਲਈ ਧੰਨਵਾਦ।